ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਦੋਸਤੋ ਮੈਂ ਹਾਂ ਮਨੀਸ਼ ਵਿਆਲਾ ਤੁਸੀਂ ਦੇਖ ਰਹੇ ਹੋ ਪੰਜਾਬ 9 ਟੀਵੀ ਦਿੱਲੀ ਦੇ ਵਿੱਚ ਇਸ ਵੇਲੇ ਕਿਸਾਨਾਂ ਦਾ ਕਰਨਾ ਚੱਲ ਰਿਹਾ ਹੈ ਕਿਸ ਕਰਕੇ ਉੱਥੇ ਗਏ ਨੇ ਕੀ ਉਹਨਾਂ ਦੀਆਂ ਮੰਗਾਂ ਨੇ ਇਹਦੇ ਬਾਰੇ ਅੱਜ ਪੂਰੀ ਦੁਨੀਆ ਦੇ ਵਿੱਚ ਵਸਦੇ ਭਾਰਤੀ ਜਿਹੜੇ ਨੇ ਉਹ ਬਾਕੀ ਖੂਬੀ ਤਰੀਕੇ ਨਾਲ ਜਾਣਦੇ ਨੇ ਇਸ ਲੜਾਈ ਦੇ ਵਿੱਚ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਜਿਹੜੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਯੋਗਦਾਨ ਪਾ ਰਹੇ ਨੇ ਜੇਕਰ ਆਸਟ੍ਰੇਲੀਆ ਦੇ ਵਿੱਚ ਕ੍ਰਿਕਟ ਮੈਚ ਹੋ ਰਿਹਾ ਹੈ ਤਾਂ ਉਹਦੇ ਵਿੱਚ ਵੀ ਪੰਜਾਬੀ ਆਪਣੇ ਤੌਰ ਤੇ ਬੈਨਰ ਲੈ ਕੇ ਪਹੁੰਚੇ ਨੇ ਤੇ ਆਪਣੇ ਵੱਲੋਂ ਸੰਦੇਸ਼ ਦੇ ਰਹੇ ਨੇ ਕਿ ਇਹ ਨਾ ਸਮਝਿਓ ਕਿ ਅਸੀਂ ਇੱਥੇ ਮੈਚ ਦਾ ਆਨੰਦ ਮਾਣ ਰਹੇ ਆ ਅਸੀਂ ਤੁਹਾਡੇ ਨਾਲ ਖੜੇ ਆ ਅਤੇ ਅਸੀਂ ਆਪਣੇ ਵੱਲੋਂ ਇਸ ਤੁਹਾਡੇ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਦੀ ਹਮਾਇਤ ਕਰਦੇ ਆ ਅਗਰ ਕਲ ਕਰਦੇ ਕੈਨੇਡਾ ਦੀ ਅਤੇ ਉਹਦੇ ਵਿੱਚ ਖਾਸ ਤੌਰ ਤੇ ਕੈਨੇਡਾ ਦੇ ਜਿਹੜੇ ਸਿਆਸਤਦਾਨ ਨੇ ਜਨਨੀਆਂ ਤਾਰਾ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ ਲਗਾਤਾਰ ਪੋਲੀਟਿਕਲੀ ਉਸ ਕੈਂਪੇਨ ਦੇ ਵਿੱਚ ਹਿੱਸਾ ਵੰਡ ਰਹੇ ਨੇ ਤੇ ਕਿਸਾਨੀ ਦੇ ਨਾਲ ਖੜਨ ਦਾ ਵਾਅਦਾ ਕਰ ਰਹੇ ਨੇ ਅਗਰ ਗੱਲ ਕਰਦੇ ਅਮਰੀਕਾ ਦੀ ਤੇ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਹਰੇਕ ਗੁਰੂ ਘਰ ਤੇ ਹਰੇਕ ਮੰਦਰ ਦੇ ਹਰੇਕ ਐਨ ਜੀਓ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਆਪਣੇ ਤੌਰ ਤੇ ਇੱਕ ਸੰਦੇਸ਼ ਪਈਏ ਜਿਹਦੇ ਵਿੱਚ ਇਹ ਦੱਸਿਆ ਕਿ ਅਸੀਂ ਕਿਸਾਨੀ ਦੇ ਨਾਲ ਹੈ ਤੇ ਉਸ ਸੰਘਰਸ਼ ਦੇ ਵਿੱਚ ਅਸੀਂ ਆਪਣਾ ਯੋਗਦਾਨ ਉਂਨੇ ਆ ਇਸਹੀ ਲੜੀ ਦੇ ਵਿੱਚ ਖਾਸ ਤੌਰ ਤੇ ਪਪਾ ਮੱਖਣ ਚਲਬਾਣਾ ਸਿੱਖ ਸੈਂਟਰ ਦੇ ਵੱਲੋਂ ਅਤੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕਿਸਾਨੀ ਦੇ ਇਸ ਸੰਘਰਸ਼ ਤੇ ਵਿੱਚ ਬਿਲਕੁਲ ਖੁੱਲ ਕੇ ਜੜਾ ਉਹ ਸਾਥ ਨੇ ਅਤੇ ਖਾਸ ਤੌਰ ਤੇ ਇਸ ਕਮੇਟੀ ਦੇ ਵਿੱਚ ਉਹਨਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਦਾ ਆਪ ਤਾਲੁਕ ਖਾਸ ਤੌਰ ਤੇ ਹਰਿਆਣਾ ਅਤੇ ਪੰਜਾਬ ਸਟੇਟ ਦੇ ਨਾਲ ਹੈਗਾ ਆਪਣੇ ਤੌਰ ਤੋਂ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਜਥੇਬੰਦੀ ਦੇ ਲੋਕਾਂ ਨੇ ਇਹ ਵੀ ਕਿਹਾ ਕਿ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਕਿਸਾਨੀ ਨੂੰ ਕੋਈ ਵੀ ਜ਼ਰੂਰਤ ਪੈਂਦੀ ਆ ਤਾਂ ਉਸ ਜ਼ਰੂਰਤ ਨੂੰ ਇਹ ਲੋਕ ਜਿਹੜੇ ਨੇ ਆਪਣੇ ਤੌਰ ਤੇ ਪੂਰਾ ਕਰਨਗੇ ਕੀ ਕਿਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਨੇ ਉਹਦੇ ਖਾਸ ਤੌਰ ਤੇ ਅੰਸ਼ ਉਹ ਤੁਹਾਡੇ ਨਾਲ ਕਰਦੇ ਆਂ ਸਾਂਝਾ ਅਸੀਂ ਦਿੱਲੀ ਦੇ ਪਹਿਲਾਂ ਵੀ ਬਹੁਤ ਵਾਰੀ ਕਾਬਜ ਹੋਏ ਆ ਤੇ ਹੁਣ ਵੀ ਕਾਬਜ ਹੋਣਾ ਹੈ ਜਿਹੜੀ ਆ ਕਹਿੰਦੇ ਨੇ ਤੁਹਾਡੇ ਵਾਸਤੇ ਜਗ੍ਹਾ ਨਹੀਂ ਉੱਥੇ ਨਨਕਾਰੀ ਭਵਨ ਚਲਜੋ ਕਿਉਂ ਚਲਜੀਏ ਸਾਡੇ ਜਿਹੜੇ ਬਜ਼ੁਰਗ ਨੇ ਲੱਖੀ ਸ਼ਾਵਨ ਜਾਰਾ ਜਿਹਦੇ ਨਾਂ ਤੇ 117 ਕਿੱਲੇ ਜ਼ਮੀਨ ਅਜ ਤੱਕ ਵੀ ਦਿੱਲੀ ਦੇ ਵਿੱਚ ਬੋਲਦੀ ਹੈ ਪਾਰਲੀਮੈਂਟ ਹਾਊਸ ਉਹਦੇ ਉਹਦੀ ਜ਼ਮੀਨ ਤੇ ਸਾਡੇ ਤੇ ਕਰਜ਼ਾਈ ਹੈ ਸਰਕਾਰ ਲੇਕਿਨ ਸਾਨੂੰ ਹੀ ਦੁਬਾਰੀ ਹੈ ਇਹ ਕਿਹੜੀ ਤਰੀਕੇ ਨਾਲ ਪਹਿਲਾਂ ਸਾਡਾ ਹੁਣ ਤੱਕ ਦਾ ਕਰਜ਼ਾ ਤੇ ਦੇਵੇ ਸੇ ਕੌਮ ਦਾ ਜਿਹੜੇ ਪਾਰਲੀਮੈਂਟ ਹਾਊਸ ਬਣਿਆ ਜਿਹ ਵਿਧਾਨ ਸਭਾ ਬਣਿਆ ਸਾਰੀ ਸਾਡੀ ਸਿੱਖਾਂ ਦੀ ਪ੍ਰਾਪਰਟੀ ਹੈ ਲੇਕਿਨ ਅਸੀਂ ਸੋ ਬਾਦ ਕਿਸਮ ਦੀ ਹੈ ਵੀ ਇਹ ਇਕੱਠੇ ਨਹੀਂ ਹੋ ਸਕੇ ਲੇਕਿਨ ਹੁਣ ਇਕੱਠੇ ਹੋਏ ਆ ਹੁਣ ਟੁੱਟੋਣਾ ਅਸੀਂ ਰਾਜ ਕਰਨਾ ਤੇ ਹਮੇਸ਼ਾ ਅੱਗੇ ਵਧ ਕੇ ਆਪਣੇ ਜਿਹੜੇ ਆਕਣਿਓ ਲੈਣੇ ਨੇ ਅਸੀਂ ਉੱਥੇ ਦੇ ਜੰਪਾਲਾ ਉੱਥੇ ਦੇ ਰਹਿਣ ਵਾਲੇ ਆ ਉੱਥੇ ਦੇ ਬਸਿੰਦੇ ਆ ਪੰਜਾਬ ਦਾ ਜ਼ਿਮੀਦਾਰ ਜਿਹੜਾ ਬਹੁਤ ਖੁਸ਼ਹਾਲ ਸੀ ਪਹਿਲਾਂ ਅੱਜ ਉਹਦੀ ਇੰਨੀ ਤਰਸਯੋਗ ਹਾਲਤ ਬਣ ਗਈ ਆ ਕਿ ਹਰ ਸਾਲ ਤੁਸੀਂ ਸੁਸਾਇਡ ਦੀ ਗਿਣਤੀ ਦੇਖੋ ਕਿ ਹਰ ਸਾਲ ਉਹ ਗਿਣਤੀ ਵਧ ਰਹੀ ਹੈ ਕੋਈ ਸੁਸਾਇਡ ਖੁਸ਼ੀ ਨਾਲ ਨਹੀਂ ਕਰਦਾ ਸੁਸਾਈਡ ਉਹਦੋਂ ਕੋਈ ਕਰਦਾ ਕਿ ਜਦੋਂ ਉਹਦਾ ਜੀਵਣਾ ਜਿਹ ਹੈ ਉਹ ਬਹੁਤ ਮਾੜਾ ਹੋ ਜਾਂਦਾ ਹੈ ਇਹਨਾਂ ਦੇ ਹੱਕ ਜੋ ਹਨ ਕਿਸਾਨਾਂ ਦੇ ਉਹ ਵਾਪਸ ਦੇਣੇ ਚਾਹੀਦੇ ਹਨ ਸਗੋਂ ਮਦਦ ਕਰਨੀ ਚਾਹੀਦੀ ਹੈ ਨਾ ਦੀ ਇਹਨਾਂ ਦੀਆਂ ਜੋ ਸੁਸਾਈਡਾਂ ਉਹ ਰੋਕਣੀਆਂ ਚਾਹੀਦੀਆਂ ਹਨ ਹੋਰ ਇਹਨਾਂ ਨੂੰ ਇਹਨਾਂ ਨੂੰ ਸਬਸਿਡੀ ਦੇ ਕੇ ਇਹਨਾਂ ਦਾ ਜੀਵਨ ਸੁਖਾਲਾ ਬਣਾਉਣਾ ਚਾਹੀਦਾ ਹੈ ਸ਼ਰਮ ਵਾਲੀ ਗੱਲ ਹੈ ਮੈਂ ਕਹਿੰਦਾ ਮੋਦੀ ਸਰਕਾਰ ਵਾਸਤੇ ਕਿ ਉਹ ਜਿਹੜੀ ਉਹਦੀ ਸਰਕਾਰ ਉਥੇ ਪੁਲਿਸ ਲਾਈ ਉਥੇ ਉਹ ਪੰਗਚ ਬੈ ਕੇ ਲੰਗਰ ਛਕਣ ਲਈ ਆ ਅੱਜ ਵੀ ਇਸ ਨੂੰ ਇਸ ਚੀਜ਼ ਦਾ ਗਿਆਨ ਨਹੀਂਗਾ ਕਿ ਜਿਹੜਾ ਅੰਨ ਦਾਤਾ ਅੱਜ ਕਿਸਾਨ ਇਹ ਸੜਕਾਂ ਤੇ ਉਤਰਿਆ ਕਾਦੇ ਵਾਸਤੇ ਉਤਰਿਆ ਜਿਹੜੇ ਬਿੱਲ ਇਹਨੇ ਕਿਸਾਨਾਂ ਵਾਸਤੇ ਬਣਾਏ ਨੇ ਉਹ ਬਿੱਲ ਸਾਨੂੰ ਮਾਫਕ ਨਹੀਂਗੇ ਉਹ ਬਿਲਕੁਲ ਟੋਟਲੀ ਸਾਨੂੰ ਕਿਲ ਕਰਨ ਵਾਲੇ ਇਸ ਕਰਕੇ ਅਸੀਂ ਉਹਨਾਂ ਬਿੱਲਾਂ ਦੀ ਸਖਤ ਲਫਜ਼ਾਂ ਵਿੱਚ ਵਿਰੋਧ ਵਿਰੋਧ ਕਰਦੇ ਆ ਮੈਂ ਗੋਦੀ ਮੀਡੀਆ ਦੀ ਗੱਲ ਕਰਨੀ ਚਾਹੁੰਦਾ ਇੱਥੇ ਕਿ ਉਹ ਆਪਾਂ ਚੈਨਲ ਦੇਖਦੇ ਆਂ ਅੱਜ ਤੱਕ ਲੈ ਲਓ ਸਹਾਰਾ ਦੇਖ ਲਓ ਬਿਲਕੁਲ ਕੋਈ ਨਿਊਜ਼ ਨਹੀਂ ਦੇਣ ਦੇ ਤੇ ਮੈਨੂੰ ਚੇਤਾਵਾ ਹੈ ਕਿ ਜਦੋਂ ਅੰਨਾ ਹਜ਼ਾਰੇ ਨੇ ਆ ਪ੍ਰੋਟੈਸਟ ਕੀਤਾ ਸੀ ਉੱਥੇ ਦਿੱਲੀ ਦੇ ਵਿੱਚ ਤੇ ਸਾਰਾ মিডিਆ ਉੱਥੇ ਬੈਠਾ ਸੀ ਪਰ ਮੈਂ ਆਪਣੇ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਭਾਵੇਂ ਤੁਸੀਂ ਕਾਲੀ ਹੋ ਭਾਵੇਂ ਤੁਸੀਂ ਕਾਂਗਰਸ ਹੋ ਭਾਵੇਂ ਤੁਸੀਂ ਆਮ ਆਦਮੀ ਪਾਰਟੀ ਹੋ ਜਿਹੜੀ ਮਰਜੀ ਪਾਰਟੀ ਹੋ ਪਰ ਤੁਸੀਂ ਇੱਕ ਪੰਜਾਬ ਦੇ ਲੈਵਲ ਤੇ ਕਿਸਾਨੀ ਦੇ ਲੈਵਲ ਤੇ ਪਹਿਲਾਂ ਜੇ ਢਾਡੀਆਂ ਉਹ ਪਾਰਟੀਆਂ ਉਹ ਆਪਣੇ ਡਿਫਰੈਂਸ ਨੂੰ ਦਿਓ ਤਿਆਗ ਤੇ ਭਾਜੀਪੀ ਨੂੰ ਪੰਜਾਬ ਚੋਂ ਭਜਾਓ ਤੇ ਸੈਂਟਰ ਚੋਂ ਭਜਾਓ ਜੇ ਤੁਸੀਂ ਬਾਕੀ ਸਟੇਟਾਂ ਵਾਲਿਆਂ ਨੇ ਵੀ ਬਚਣਾ ਦੇ ਉਹਦੇ ਚ ਉਹ ਆ ਕੇ ਜਿਹੜੀ ਸਿੱਖ ਕੌਮ ਹਨਾ ਕਿਸੇ ਦੇ ਗੁਲਾਮ ਨਹੀਂ ਰਹਿ ਸਕਦੀ ਜੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਾਨੂੰ ਆਪਣੀਆਂ ਜ਼ਮੀਨਾਂ ਰੱਖਣ ਦੇ ਹੱਕ ਮਿਲੇ ਨੇ ਤੇ ਇਹ ਸਾਡੇ ਹੱਕ ਖੋਹਨੇ ਚਾਹੁੰਦਾ ਚਾਹ ਇਸ ਵੇਲੇ ਮੈਂ ਸੋਚਦਾ ਕਿ ਕੋਈ ਵੀ ਪੋਲੀਟੀਕਲ ਪਾਰਟੀ ਆ ਪੰਜਾਬ ਦੇ ਵਿੱਚ ਜਿਹੜੇ ਵੀ ਪੰਡਾਂ ਚੋਂ ਆ ਜਿਹੜੇ ਵੀ ਕਿਸਾਨ ਨੇ ਉਹ ਇਸ ਮੋਰਚੇ ਵਿੱਚ ਇਕੱਠੇ ਹੋਏ ਨੇ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਲਾ ਸਾਰਿਆਂ ਦੇ ਇੱਕੋ ਜਿਹਾ ਲਾਗੂ ਹੋਣਾ ਉਹ ਘੜੀ ਦੀ ਘੜੀ ਉਹਨਾਂ ਨੂੰ ਮਾਲਮ ਪੱਠੀ ਲੱਗ ਸਕਦੀ ਆ ਜਿੱਦਾਂ ਚਰ ਸਰਕਾਰ ਵਾ ਉਹਦੋਂ ਮਗਰੋਂ ਉਹਨਾਂ ਨੇ ਵੀ ਸਾਡੇ ਨੂੰ ਗੁਲਾਮ ਹੋਣਾ ਇਸ ਕਰਕੇ ਜਿਹੜਾ ਲੋਕਾਂ ਦੇ ਵਿੱਚ 100% ਸ਼ਾਹ ਵਾ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਵੀ ਧੰਨਵਾਦ ਕਰਦਾ ਜਿਹੜੀਆਂ ਇਹਦੇ ਵਿੱਚ ਜਾ ਕੇ ਸਪੋਰਟ ਕਰਦੀਆਂ ਉੱਥੇ ਤੇ ਅਸੀਂ ਆਪਣੀ ਹਮਾਇਤ ਜਿਹੜੀ ਹੈ ਪੂਰੇ ਰੂਪ ਵਿੱਚ ਕਿਸੇ ਆਰਥਿਕ ਗਰੁੱਪ ਵਿੱਚ ਵੀ ਸਪੋਰਟ ਵੱਜੂ ਵੀ ਵੋਟ ਵੱਜੂ ਵੀ ਅੱਜ ਉਹਨਾਂ ਦੇ ਨਾਲ ਆ ਮੈਂ ਸਮਝਦਾ ਸਾਰੇ ਭਾਰਤ ਦੇ ਇਤਿਹਾਸ ਵਿੱਚ ਇਹ ਇੱਕ ਪਹਿਲੀ ਕਿਸਮ ਦਾ ਨਮੂਨੇ ਦਾ ਮਜਾਰਾ ਹੈ ਜਿਹਦੇ ਵਿੱਚ ਲੋਕਿੱਤਾਂ ਦੀ ਗੱਲ ਹੈ ਲੋਕਾਂ ਨੇ ਆਪਸ ਵਿੱਚ ਲੜਾਈ ਨਹੀਂ ਕੀਤੀ ਲੋਕਾਂ ਨੇ ਆਪਸ ਵਿੱਚ ਮਾਰੋ ਮਾਰੇ ਨਹੀਂ ਕੀਤੀ ਪਰ ਇਸ ਸਰਕਾਰ ਨੇ ਕੋਈ ਕਸਰ ਛੱਡੀ ਨਹੀਂ ਜੇ ਗੱਲ ਰਹਿ ਗਈ ਹੈ ਤੇ ਗੱਲ ਰਹਿ ਗਈ ਹੈ ਕਿਸਾਨਾਂ ਤੋਂ ਪਰ ਜਿੰਨਾ ਜ਼ਿਮੀਦਾਰ ਨਾਲ ਅੱਜ ਗਵਰਨਮੈਂਟ ਜ਼ੁਲਮ ਕਰ ਰਹੀ ਹੈ ਉਹ ਬਹੁਤ ਮਾੜਾ ਕਿਉਂਕਿ ਗਵਰਨਮੈਂਟ ਦਾ ਕੰਮ ਹੈ ਸੜਕਾਂ ਬਣਾਉਣਾ ਉਹ ਸੜਕਾਂ ਪੁੱਟ ਰਿਆ ਨੇ ਅਗੋਂ ਔਰ ਮੈਂ ਕਹਿੰਦਾ ਕਿ ਜ਼ਿਮੀਦਾਰਾਂ ਨੂੰ ਸ਼ਹਿਰ ਦੇ ਦੁਆਲੇ ਨਾਕੇ ਲਾ ਲੈਣੇ ਚਾਹੀਦੇ ਨੇ ਕਿ ਬਾਹਰ ਕੋਈ ਚੀਜ਼ ਜਾਣ ਨਾ ਅੰਦਰ ਜਾਣ ਨਾ ਦੇਣ ਆਪੇ ਜਦੋਂ ਉਹਨਾਂ ਦੇ ਸੇਕ ਲੱਗੇਗਾ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਜਿਹੜੇ ਦਿੱਲੀ ਦੇ ਵਿੱਚ ਵਸਦੇ ਨੇ ਤੇ ਉਹਦੇ ਬਾਅਦ ਪਤਾ ਲੱਗੇਗਾ ਕਿ ਵਾਕਿਆ ਹੀ ਜ਼ਿਮੀਦਾਰਾਂ ਨੇ ਤੇ ਜਿਹੜੇ ਕੁਮਾਰਿਆ ਨੇ ਜਿਹੜੇ ਬਣਾ ਰਹੇ ਨੇ ਜਿਹੜੇ ਸਪਾਂ ਦੀਆਂ ਸਿਰੀਆਂ ਮਿਧ ਰਹੇ ਨੇ ਉਹਨਾਂ ਨੂੰ ਤਾਂ ਤੁਸੀਂ ਡਾਂਗਾਣਾ ਕੁਟਦੇ ਪੈਓ ਕਿਉਂਕਿ ਇਹ ਮੋਦੀ ਸਰਕਾਰ ਬਹੁਤ ਜ਼ੁਲਮ ਕਰ ਰਹੀ ਹੈ ਜੋ ਕਿਸਾਨਾਂ ਨੂੰ ਮਾਰਨ ਤੇ ਤੁਰੀ ਹੈ ਮੈਂ ਇਸ ਗੱਲ ਦੀ ਜੋ ਕਾਲੇ ਕਾਨੂੰਨ ਬਣਾਏ ਹਨ ਇਹਨਾਂ ਨੇ ਮੈਂ ਉਸ ਦੀ ਪੂਰਜੋਰ ਨਿੰਦਾ ਕਰਦਾ ਹਾਂ ਅਤੇ ਮੋਦੀ ਸਰਕਾਰ ਨੂੰ ਇਹ ਇੱਕ ਬੇਨਤੀ ਕਰਦਾ ਹਾਂ ਵੀ ਇਹ ਕਿਸਾਨਾਂ ਦੇ ਨਾਲ ਜੋ ਕਾਲੇ ਕਾਨੂੰਨ ਇਹਨਾਂ ਨੂੰ ਵਾਪਸ ਲੈ ਜਾਣ ਅਤੇ ਦੁਬਾਰਾ ਕਿਸਾਨਾਂ ਨੂੰ ਫੇਰ ਉਸੇ ਤਰ੍ਹਾਂ ਖੁਸ਼ਹਾਲ ਕੀਤਾ ਜਾਵੇ ਕਿਉਂਕਿ ਕਿਸਾਨੀ ਦੇ ਨਾਲ ਸਭ ਕੁਝ ਹੈ ਜੇ ਕਿਸਾਨ ਜਿੰਦਾ ਹੈ ਤੇ ਅਸੀਂ ਸਾਰੇ ਜਿੰਦੇ ਹਾਂ ਅਸੀਂ ਮੈਂ ਉਸ ਜਿਹੜੇ ਪੰਜਾਬ ਦੇ ਕਿਸਾਨ ਹਨ ਉਹਨਾਂ ਨਾਲ ਪੂਰੀ ਹਮਦਰਦੀ ਕਰਦਾ ਹਾਂ ਔਰ ਸਾਡੇ ਕੋਲ ਜੋ ਵੀ ਇਥੋਂ ਉਹਨਾਂ ਦੇ ਵਾਸਤੇ ਇੱਕ ਜੋਗਾ ਕਰਨ ਮਾਇਕ ਸਹਾਇਤਾ ਜਾਂ ਹੋਰ ਹੀ ਕੁਝ ਕਰਨ ਦੀ ਲੋੜ ਹੋਏ ਅਸੀਂ ਉਹਨਾਂ ਦੇ ਨਾਲ ਹਾਂ ਬਿਲਕੁਲ ਉਹਨਾਂ ਦੇ ਨਾਲ ਹਾਂ ਉਹਨਾਂ ਵੀਰਾਂ ਨੇ ਬਹੁਤ ਸੰਘਰਸ਼ ਕਰ ਰਹੇ ਹਨ ਤਿੰਨ ਤਿੰਨ ਮਹੀਨੇ ਹੋ ਗਏ ਨੇ ਅੱਜ ਘਰ ਉਹਨਾਂ ਨੂੰ ਪਿੱਛਾ ਨਹੀਂ ਦੇਖਿਆ ਅੱਜ ਦਿੱਲੀ ਤੱਕ ਉਹ ਪਹੁੰਚ ਗਏ ਹਨ ਉਹਨਾਂ ਨੇ ਅੱਜ ਉੱਥੇ ਜੋ ਵਿంటర్ ਟਾਈਮ ਹੈ ਠੰਡ ਦਾ ਸਮਾਂ ਹੈ ਉਹਨਾਂ ਤੇ ਪਾਣੀ ਵਿਚਾਰਿਆ ਜਾ ਰਿਹਾ ਹੈ ਉਹ ਅਤਿਆਚਾਰ ਕੀਤਾ ਜਾ ਰਿਹਾ ਹੈ ਅਸੀਂ ਉਹਨਾਂ ਵੀਰਾਂ ਦੇ ਸ਼ਹਾਦਤ ਦਿੰਨੇ ਹਾਂ ਉਹਨਾਂ ਦੇ ਮਗਰਾਂ ਕਿਸੇ ਕਿਸਮ ਦੀ ਲੋੜ ਹੋਈ ਅਸੀਂ ਬਾਹਰੋਂ ਉਹਨਾਂ ਦੀ ਸਹਾਇਤਾ ਕਰਨ ਨੂੰ ਤਿਆਰ ਹਾਂ ਜੋ ਕਰੀਏ ਜੀਪੀ ਬਹੁਤ ਮੜਾ ਪ੍ਰੇਰਕ ਸੰਨਾਨਾ ਕਰੀ ਹੈ ਸਾਰੇ ਆਪਾਂ ਉਥੋਂ ਆਏ ਆ ਇੰਨੀਆ ਮਿਹਨਤਾਂ ਕਰਕੇ ਇੰਨਾ ਕੁਝ ਬਣਾ ਕੇ ਇੱਥੇ ਆ ਪਹੁੰਚੇ ਆ ਬੜੀ ਸਖਤ ਮਿੱਤ ਕੀਤੀ ਆਪਾਂ ਸਾਰੇ ਪਰਿਵਾਰਾਂ ਨੇ ਤੇ ਉੱਥੇ ਜਾ ਕੇ ਆਪਣਾ ਚਾਹ ਸੀ ਇੱਥੇ ਪਹੁੰਚੇ ਹਾਂ ਤੇ ਜ਼ਮੀਨਾਂ ਲਈਏ ਅਸੀਂ ਲਈਆਂ ਵੀ ਸਾਰਿਆਂ ਨੇ ਜ਼ਮੀਨਾਂ ਆਪਣੇ ਪਰਿਵਾਰਾਂ ਨੂੰ ਜਿੰਨੇ ਸਾਡੇ ਪਰਿਵਾਰ ਸੀ ਉੱਥੇ ਅਸੀਂ ਸਾਰਿਆਂ ਨੂੰ ਬਹੁਤ ਜ਼ਿਆਦਾ ਮਤਕੀਤੀ ਹੈ ਅਸੀਂ ਮੋਦੀ ਸਰਕਾਰ ਬੀਜੇਪੀ ਕੇ ਬੜੀ ਸਖ ਲਫਚਾਣਾ ਉਹਦੀ ਨਿਖਿਦਾ ਕਰਦੇ ਆ ਜੋ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਨੇ ਅਸੀਂ ਉਸ ਦੇ ਨਾਲ ਬਿਲਕੁਲ ਨਹੀਂ ਹੈਗੇ ਅਸੀਂ ਵਾਪਸ ਲੈਣੇ ਚਾਹੀਦੇ ਨੇ ਉਹ ਤਿੰਨੇ ਕਾਨੂੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਬਾਬਾ ਮੱਖਣ ਸ਼ਾਹ ਸੈਕ સેਂਟਰ ਵਿਖੇ ਇਹ ਬੜਾ ਇਸ਼ਲਾਗਾ ਜੋਗ ਉਪਰਾਲਾ ਕੀਤਾ ਗਿਆ ਜੋ ਕਿ ਇਹ ਮੀਡੀਆ ਦੇ ਥਰੂ ਇੰਡੀਆ ਵਿੱਚ ਜੋ ਕਿਸਾਨਾਂ ਦੇ ਨਾਲ ਧੱਕੇ ਹੋ ਰਹੇ ਨੇ ਉਹਨਾਂ ਦੇ ਨਾਲ ਖਲੋਣ ਦਾ ਇਹ ਬਹੁਤ ਹੀ ਵਧੀਆ ਤਰੀਕਾ ਹੈ ਜੀ ਇਸ ਸੈਕਲਟੀ ਸੋਸਾਇਟੀ ਵੱਲੋਂ ਅਤੇ ਜੋ ਵੀ ਤੁਹਾਡੇ ਵੀਰ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਭ ਤੋਂ ਪਹਿਲਾਂ ਇੱਥੇ ਗੱਲ ਕਰਾਂਗਾ ਮੋਦੀ ਸਰਕਾਰ ਦੀ ਜੋ ਕਿ ਬੜੀ ਹੀ ਨਖਿੱਧ ਸਰਕਾਰ ਸਰਕਾਰ ਹੈ ਉਹਦੇ ਨਾਲ-ਨਾਲ ਜੋਗ ਹਰਿਆਣਾ ਵਿੱਚ ਖੱਟੜ ਸਰਕਾਰ ਜੋ ਕਿ ਜਿਨ੍ਹਾਂ ਨੇ ਬਹੁਤ ਕਿਸਾਨਾਂ ਦੇ ਨਾਲ ਧੱਕੇ ਕੀਤੇ ਨੇ ਜੋ ਕਿ ਮੇਰੇ ਵੀਰ ਵਤ ਵਤ ਹਰਿਆਣੇ ਵਾਲੇ ਜੋ ਕਿ ਆਪਣੇ ਉਹਨਾਂ ਨੇ ਆਪ ਕਈਆਂ ਲੈ ਕੇ ਉਹ ਖੱਡੇਪੂਰ ਕੇ ਪੰਜਾਬ ਚ ਜਿਹੜੇ ਵੀ ਵੀਰ ਆ ਰਹੇ ਸੀਗੇ ਉਹਨਾਂ ਨੂੰ ਰਾਹ ਬਣਾ ਕੇ ਦਿੱਤਾ ਕਿ ਦਿੱਲੀ ਤੱਕ ਪਹੁੰਚਣ ਦਾ ਸਾਥ ਦਿੱਤਾ ਅਸੀਂ ਜੋ ਮੋਦੀ ਸਰਕਾਰ ਦੀ ਨਖੇਦੀ ਦੀ ਬਹੁਤ ਹੀ ਨਖਿਤ ਕਰਦੇ ਹਾਂ ਤੇ ਕਿਸਾਨਾਂ ਦੇ ਨਾਲ ਅਸੀਂ ਖੜੇ ਹਾਂ ਅਸੀਂ ਹਰਿਆਣੇ ਵਾਲੋਂ ਪੂਰ ਜੋਰ ਤੇ ਉਹਨਾਂ ਜਿਹੜੇ ਮੇਰੇ ਵੀਰ ਅਸੀਂ ਉਹਨਾਂ ਨੂੰ ਮਾਇਆ ਤੌਰ ਤੇ ਵੀ ਹੈਲਪ ਕਰਾਂਗੇ ਸਿੱਖ ਸੋਸਾਇਟੀ ਵਾਲੋਂ ਅਸੀਂ ਮੀਟਿੰਗ ਬੁਲਾ ਰਹੇ ਹਾਂ ਕੱਲ ਨੂੰ ਤੇ ਅਸੀਂ ਉੱਥੇ ਵੀ ਆਪਣਾ ਉਹਨਾਂ ਦਾ ਫੰਡ ਜਿਨ੍ਹਾਂ ਨੂੰ ਫੰਡ ਦੀ ਲੋੜ ਹੈ ਫੰਡ ਵੀ ਭੇਜਾਂਗੇ ਜ਼ਰੂਰ ਅਸੀਂ ਹਰ ਪਾਸਿਓਂ ਜੀ ਨਾਲ ਖੜੇ ਹਾਂ ਇਹ ਵੀ ਪਤਾ ਲੱਗਿਆ ਕਿ ਅੱਜ ਪੰਜਾਬ ਜਿਹੜਾ ਜਿਸ ਤਰ੍ਹਾਂ ਖਿਲਰਿਆ ਫਿਰਦਾ ਸੀ ਫਿਰ ਇਕੱਠਾ ਹੋਇਆ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੇ ਸੰਕੇਤ ਮਿਲ ਰਹੇ ਹਨ ਕਿ ਸ਼ਾਇਦ ਅਸੀਂ ਜੇ ਇਸ ਤਰ੍ਹਾਂ ਇਕੱਠੇ ਹੋ ਕੇ ਚੱਲਾਂਗੇ ਤੇ ਕੋਈ ਨਾ ਕੋਈ ਅਸੀਂ ਹੋਰ ਵੀ ਮੱਲਾ ਮਾਰ ਸਕਦੇ ਹਾਂ ਅਸੀਂ ਵੀਰ ਜੀ ਅਸੀਂ ਪਹਿਲਾਂ ਹੀ ਇਹ ਕੰਮ ਕਰ ਰਹੇ ਹਾਂ ਤੇ ਕਿਸਾਨਾਂ ਨੂੰ ਸੁਚੇਤ ਜਿਹੜੇ ਕਿਸਾਨ ਥੋੜੇ ਪਿੱਛੇ ਚੁੱਪ ਕਰਕੇ ਬੈਠੇ ਸੀ ਸਾਡਾ 3 ਦਿਨ ਹੋ ਗਏ ਨੇ ਇਹੀ ਜੋਰ ਲੱਗਿਆ ਪਿੰਡਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਪੰਚਾ ਕੇ ਉਹਨਾਂ ਨੂੰ ਉਹਨਾਂ ਨੂੰ ਉੱਥੋਂ ਦੀ ਨਵੀਆਂ ਹੋਰ ਟਰਾਲੀਆਂ ਤਿਆਰ ਕਰ ਕਰਕੇ ਭੇਜ ਰਹੇ ਆ ਇਹ ਪੂਰਾ ਜੋਰ ਜਿਹੜਾ ਲੱਗਿਆ ਹੋਇਆ ਹੈ ਲੇਕਿਨ ਜਿਹੜਾ ਸੈਂਟਰਲ ਗਵਰਨਮੈਂਟ ਦਾ ਤੇ ਖੱਟੜ ਗਵਰਨਮੈਂਟ ਦਾ ਜਿਹੜਾ ਆਪਣਾ ਜਿਹੜਾ ਉਹਨਾਂ ਦਾ ਕਾਹਤ ਸੀ ਕਿ ਅਸੀਂ ਇਹ ਇਹ ਜਿਹੜਾ ਡੈਮੋਨਸਟ੍ਰੇਟ ਹੈ ਨੂੰ ਕਾਮਯਾਬ ਨਾ ਹੋਣ ਦਈਏ ਪਰ ਕਿਸਾਨਾਂ ਨੇ ਫਿਰ ਵੀ ਉਹ ਜਿਹੜੀ ਉਹਨਾਂ ਦੀ ਸੋਚ ਸੀ ਉਸ ਤੋਂ ਉੱਪਰ ਉੱਠ ਕੇ ਤੇ ਉਹ ਜਿਹੜੇ ਖੰਡੇ ਪੁੱਟੇ ਸੀ ਜਾਂ ਜਿਹੜੇ ਪੱਥਰ ਧਰੇ ਸੀ ਉਹ ਉੱਥੇ ਦੇ ਕਿਸਾਨਾਂ ਨੇ ਝੁੱਕ ਗਏ ਇਸ ਤਰ੍ਹਾਂ ਬਰਾਂ ਧਰ ਦਿੱਤੇ ਕਿ ਜਿਸ ਤਰ੍ਹਾਂ ਉਹਨਾਂ ਲਈ ਕੋਈ ਵੀ ਇਹੋ ਜੀ ਗੱਲ ਨਹੀਂ ਸੀ ਜਿਹਦੇ ਨਾਲ ਉਹਨਾਂ ਨੂੰ ਅਰਚਨਾ ਆਵੇ ਬੰਦਾ ਸਿੰਘ ਬਹਾਦਰ ਨੇ ਦਿੱਲੀ ਫਤਿਹ ਕੀ ਕਰਕੇ ਤੇ ਪੰਜਾਬ ਵਿੱਚ ਆਇਆ ਸੀ ਨਾ ਸਾਨੂੰ ਅੱਜ ਪੰਜਾਬ ਨੂੰ ਕਰਕੇ ਜਾ ਕੇ ਦਿੱਲੀ ਫਤਿਹ ਕਰਨੀ ਪਈ ਏ ਕਿਸੇ ਉਹ ਮੈਂ ਕਿ ਉਹਨਾਂ ਕਿਸਾਨਾ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਇਸ ਮੁੱਦੇ ਨੂੰ ਆਪਣੇ ਜੋ ਹੱਥਾਂ 'ਚ ਉਹਨਾਂ ਨੇ ਪੀੜ ਦੇ ਵਿੱਚੋਂ ਲੰਘ ਕੇ ਚਾਹੇ ਟੋਏ ਪੋਟਲੇ ਚਾਹੇ ਟਿੱਬੇ ਬਣਾਤੇ ਚਾਹੇ ਕੁਛ ਕਰਤਾ ਪਰ ਉਹਨਾਂ ਵੀਰਾਂ ਦਾ ਅਸੀਂ ਦੇਨ ਨਹੀਂ ਦੇ ਸਕਦੇ ਕਿ ਜਿਨ੍ਹਾਂ ਨੇ ਕਿ ਕਿਸਾਨ ਕਿਸਾਨਾਂ ਨੂੰ ਆਪਣਿਆਂ ਨੂੰ ਜਿੰਦੇ ਰੱਖਿਆ ਨੂੰ ਫੇਲ ਕਰਨ ਵਾਸਤੇ ਉਹਦੇ ਲਈ ਸਾਰੇ ਕਿਸਾਨਾਂ ਨੂੰ ਨੌਜਵਾਨ ਵੀਰਾਂ ਨੂੰ ਬੜਾ ਸੰਜਮ ਨਾਲ ਬੜਾ ਹੌਸਲੇ ਨਾਲ ਬੜੀ ਹੋਸ਼ ਦੇ ਨਾਲ ਚੱਲਣਾ ਪਏਗਾ ਤਾਂ ਕਿ ਜੋ ਸੋਚਦੇ ਨੇ ਉਹ ਆਪਾਂ ਨਾ ਕਰ ਉਹ ਸਾਡੇ ਕੋਲ ਨਾ ਹੋਵੇ ਤੇ ਮਾਹੌਲ ਜਿਹੜਾ ਵਧੀਆ ਰਹੇ ਇਹ ਇਹ ਮੇਰੇ ਭਰਾਵਾਂ ਨੂੰ ਵੀਰਾਂ ਨੂੰ ਜਿਨ੍ਹਾਂ ਨੇ ਬਹੁਤ ਸਾਰੀਆਂ ਜਿਹੜੀਆਂ ਮਾਵਾਂ ਵਿਚਾਰੀਆਂ ਬੱਚੇ ਨਾਲ ਲੈ ਕੇ ਵੀ ਗਈਆਂ ਆ ਉਹਨਾਂ ਦੇ ਅੱਗੇ ਵੀ ਸਾਡਾ ਸਿਰ ਝੁਕਦਾ ਆ ਜਿਹੜੇ ਵੀਰ ਮੇਰੇ ਵਿਚਾਰੇ ਉੱਥੇ ਜਿਨ੍ਹਾਂ ਨੇ ਸੱਟਾਂ ਖਾਧੀਆਂ ਇੱਕ ਵੀਰ ਮੇਰਾ ਸ਼ਹੀਦ ਵੀ ਹੋ ਗਿਆ ਇੱਕ ਇੱਕ ਮੇਰੇ ਵੀਰ ਵੀਰ ਦੀ ਬਾਰਡਰ ਤੇ ਉਤੇ ਸ਼ਹੀਦਤ ਹੋਈ ਆ ਉਹਦਾ ਉਹਦਾ ਡੈਡੀ ਹਜੇ ਤੱਕ ਵੀ ਆਪਣੇ بیٹے ਦੀ ਹਜੇ ਲਾਸ਼ ਤੇ ਨਹੀਂ ਪਹੁੰਚ ਸਕਿਆ ਉਹਦੇ ਦਰਸ਼ਨ ਨਹੀਂ ਕਰ ਸਕਿਆ ਉਹਨਾਂ ਨੂੰ ਸਲਾਮ ਹੈ ਸਾਰਿਆਂ ਨੂੰ ਇੰਡੀਆ ਆਪਣੇ ਆਪ ਨੂੰ ਬਹੁਤ ਹੀ ਸੰਸਾਰ ਦਾ ਸਭ ਤੋਂ ਵੱਡਾ ਡੈਮੋਕਰੇਟਿਕ ਆਪਣੇ ਕੰਟਰੀ ਦੱਸਦਾ ਤੇ 올 ਵੈਸਟਰਨ ਨੇਸ਼ਨਸ ਜਿਹੜੇ ਹੈਗੇ ਆ ਉਹ ਵੀ ਉਹਦੀ ਐਗਜ਼ੈਂਪਲ ਦਿੰਦੇ ਆ ਇੰਡੀਆ ਦੀ ਕਿ ਡੈਮੋਕਰੇਟਿਕ ਸਿਸਟਮ ਹੈਗਾ ਪਰ ਜੋ ਹੁਣ ਪਾਲਿਸੀਸ ਅਨ ਜੋ ਹੁਣ ਅਤਿਆਚਾਰ ਹਰਿਆਣਾ ਸਰਕਾਰ ਨੇ ਤੇ ਮੋਦੀ ਗਵਰਨਮੈਂਟ ਨੇ ਹੁਣ ਕੀਤਾ ਜਿਹੜੇ 2 ਮਹੀਨੇ ਜਿਹੜੇ ਬੰਦੇ ਆਪਣੇ ਹੋਮ ਸਟੇਟ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ ਪੀਸਫੁਲੀ ਤੋਂ ਉਦੋਂ ਬਾਅਦ ਜਦੋਂ ਸਾਨੂੰ ਨਿਆਂ ਨਹੀਂ ਮਿਲਿਆ ਤੇ ਉਦੋਂ ਬਾਅਦ ਅਸੀਂ ਦਿੱਲੀ ਵੱਲ ਨੂੰ ਕੋਚ ਕੀਤਾ ਤੇ ਫਿਰ ਵੀ ਠੰਡ ਦੇ ਮੌਸਮ ਦੇ ਵਿੱਚ ਪਾਣੀ ਦੀਆਂ ਬਿਛੜਾ ਕਰਨੀਆਂ ਪੱਥਰਬਾਜ਼ੀ ਕਰਨੀ ਬਹੁਤ ਹੀ ਨਿੰਦਨਯੋਗ ਗੱਲ ਆ ਸੋ ਆਈ ਥਿੰਕ ਇਹ ਡੈਮੋਕਰੈਟਿਕ ਆਪਣੇ ਮੋਦੀ ਸਰਕਾਰ ਜਿਹੜੀ ਆ ਜਿਹੜਾ ਲੋਕਤੰਤਰੀ ਦਾ ਢਾਂਚਾ ਆਇਆ ਭਾਰਤ ਦਾ ਉਹਨੂੰ ਭੰਨਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਕੇ ਸਾਡੇ ਪੋਲਿਟਿਕਲ ਲੀਡਰ ਹੋਣ ਸਾਡੇ ਕਿਸਾਨਾਂ ਨਾਲ ਜੁੜੇ ਨੇ ਸਾਡੇ ਇਸ ਵੇਲੇ ਸਿਰਫ ਤੇ ਸਿਰਫ ਜਿਨ੍ਹਾਂ ਨੂੰ ਆਪਾਂ ਗਾਇਕਾਂ ਨੂੰ ਨਿੰਦਦੇ ਆ ਉਹੀ ਸਾਡੀ ਸਪੋਰਟ ਕਰਦੇ ਰਿਹਾ ਨੇ ਸੋ ਆਪਾਂ ਜਿਹਦਾ ਪਹਿਲਾ ਗੱਲ ਉਹ ਇਹੀ ਆਪਾਂ ਇਸ ਕਿਸਾਨਾਂ ਦੇ ਵਿੱਚ ਹੀ ਜਿਹੜੇ ਸਾਡੇ ਲੀਡਰ ਬਣਨੇ ਨੇ ਆਪਾਂ ਵਧੀਆ ਚੁਣੀਏ ਤੇ ਗੁਰਸਿੱਖ ਚੁਣੀਏ ਕਿ ਜਿਹੜੇ ਸਾਡੀ ਗੁਰੂ ਪੀਰਾਂ ਦੀ ਧਰਤੀ ਹੈ ਉਹ ਗੁਰਸਿੱਖਾਂ ਦੀ ਧਰਤੀ ਹੈ ਤੇ ਸਾਡੇ ਗੁਰਸਿੱਖ ਅੱਗੇ ਆਣੇ ਚਾਹੀਦੇ ਚਾਹੀਦੇ ਨੇ ਸਾਡੇ ਜਿੰਨੇ ਵੀ ਕਿਸਾਨ ਜਾ ਸਾਡੇ ਮਜ਼ਦੂਰ ਵੀਰਾਂ ਉਹਨਾਂ ਨੂੰ ਬੇਨਤੀ ਆ ਕਿ ਹੁਣ ਟਾਈਮ ਇਹ ਆ ਗਿਆ ਵਾ ਕਿ ਤੁਸੀਂ ਕੋਈ ਵੀ ਅੱਜ ਘਰ ਨਾ ਬੈਠਿਓ ਕਿਉਂਕਿ ਇਹ ਜਿਹੜਾ ਮੋਰਚਾ ਵਾ ਇਹ ਤੁਸੀਂ ਜਿੱਤ ਚੁੱਕੇ ਜੇ ਪਰ ਇਹ ਨਾ ਸੋਚਿਓ ਕਿ ਚਲ ਉਹ ਦੋ ਜਣੇ ਗਏ ਆ ਇੱਕ ਟਰਾਲੀ ਪਿੰਡੋਂ ਕਿਹਦੀ ਗਈ ਆ ਪਰ ਅੱਜ ਹਰ ਇੱਕ ਜਣਾ ਆਪਣੇ ਘਰ ਚੋਂ ਨਿਕਲੋ ਤਾਂ ਕਿ ਜੇ ਇਸ ਵਾਰ ਅਸੀਂ ਇਹ ਮੂਵਮੈਂਟ ਫੇਲ ਕਰਾ ਲਈ ਅਸੀਂ ਸਦਾ ਲਈ ਕਿਸਾਨੀ ਖਤਮ ਆ ਦੋਸਤੋ ਇਸ ਹਨ ਕੁਝ ਖਾਸ ਅੰਸ਼ ਉਸ ਪ੍ਰੈਸ ਕਾਨਫਰੰਸ ਦੇ ਕਿਨੇ ਤੁਹਾਡੇ ਆਪਣੇ ਵਿਚਾਰ ਜਰੂਰ ਸਾਡੇ ਨਾਲ ਸਾਂਝੇ ਕਰੋ ਅਤੇ ਨਾਲ ਹੀ ਨਾਲ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਜਰੂਰ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਵੀ ਸਾਂਝਾ ਕਰੋ ਬਹੁਤ ਬਹੁਤ ਧੰਨਵਾਦ ਰੱਬ ਰਾਖਾ ਸਸਕਲ ਜੀਓ